ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਆਪਣਾ ਹੀ ਸੀਸ ਆਪਣੇ ਹੱਥ 'ਤੇ ਰੱਖ ਕੇ ਲੜੇ ਅਤੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਉਹ ਕਿਵੇਂ ਅੱਜ ਦੇ ਇਤਿਹਾਸ ਵਿੱਚ ਜਾਣਾਂਗੇ। ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਦਾ ਸਾਡੇ ਚੈਨਲ ਉੱਤੇ ਹਰਮਨ ਕਵੀ ਯੂਟਿਊਬ ਚੈਨਲ ਦੇ ਉੱਤੇ ਸਵਾਗਤ ਹੈ। ਧੰਨ ਬਾਬਾ ਦੀਪ ਸਿੰਘ ਜੀ ਦਾ ਆਖਰੀ ਜੰਗ, ਆਖਰੀ ਯੁੱਧ, ਜਦੋਂ ਬਾਬਾ ਦੀਪ ਸਿੰਘ ਜੀ ਦਾ ਸੀਸ ਧੜੇ ਨਾਲੋਂ ਅਲੱਗ ਹੋਇਆ ਸੀ ਅਤੇ ਬਾਬਾ ਜੀ ਨੇ ਹੱਥ ਉੱਤੇ ਰੱਖ ਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚਣਾ ਕੀਤਾ ਸੀ। ਉਹ ਬਾਬਾ ਜੀ ਦਾ ਆਖਰੀ ਜੰਗ ਸੀ। ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਨੇ, ਅਨੋਖੇ ਸ਼ਹੀਦ ਨੇ। ਜਦੋਂ ਮਾਲਵੇ ਦੀ ਧਰਤੀ 'ਤੇ ਬੈਠੇ ਸਨ ਬਾਬਾ ਜੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਤਾਂ ਉੱਥੇ ਇੱਕ ਸਿੰਘ ਆਇਆ ਸੀ ਜਿਹਨੇ ਦੱਸਿਆ ਸੀ ਬਾਬਾ ਜੀ ਸ੍ਰੀ ਹਰਿਮੰਦਰ ਸਾਹਿਬ ਉੱਤੇ ਵੈਰੀਆਂ ਨੇ ਕਬਜ਼ਾ ਕਰ ਲਿਆ ਅਤੇ ਉੱਥੇ ਬੇਅਦਬੀ ਕਰਦੇ ਨੇ। ਬਾਬਾ ਜੀ ਇਹ ਸੁਣ ਕੇ ਬੜੇ ਰੋਹ ਵਿੱਚ ਆਏ। ਬਾਬਾ ਜੀ ਉੱਠੇ, ਸੰਗਤਾਂ ਦੇ ਸਾਹਮਣੇ ਆਏ, ਸੂਰਮਿਆਂ ਦੇ ਸਾਹਮਣੇ ਆਏ ਅਤੇ ਬਾਬਾ ਜੀ ਨੇ ਸਾਰੇ ਯੋਧਿਆਂ ਨੂੰ ਆਖਿਆ, ਯੋਧਿਓ ਸਮਾਂ ਆ ਗਿਆ ਕੌਮ ਤੋਂ ਮਰ ਮਿਟਣ ਦਾ, ਸਮਾਂ ਆ ਗਿਆ ਹੈ ਆਪਣੇ ਗੁਰੂ ਦੇ ਇਤਿਹਾਸਕ ਗੁਰਧਾਮ ਨੂੰ ਆਜ਼ਾਦ ਕਰਵਾਉਣ ਦਾ, ਅਤੇ ਸੂਰਮਿਓ ਉੱਠ ਕੇ ਖੜ੍ਹੇ ਹੋ ਜਾਓ, ਜਿਨ੍ਹਾਂ ਨੇ ਮੇਰੇ ਨਾਲ ਜਾਣਾ ਹੈ ਤਾਂ ਲੜ ਕੇ ਮਰਨਾ ਹੈ, ਕੋਈ ਤਮਾਸ਼ਾ ਵੇਖਣ ਵਾਲਾ ਨਾ ਜਾਵੇ, ਜਿਹੜੇ ਵੀ ਜਾਣਗੇ ਲੜਨ ਮਰਨ ਵਾਲੇ ਹੀ ਜਾਣਗੇ। ਸੂਰਮੇ ਯੋਧੇ ਤਿਆਰ ਬਰ ਤਿਆਰ ਹੋ ਗਏ, ਹਰ ਇੱਕ ਨੇ ਆਪਣੇ ਸ਼ਸਤਰ ਸਾਂਭ ਲਏ। ਤਿਆਰ ਬਰ ਤਿਆਰ ਹੋ ਕੇ ਯੋਧੇ ਸੂਰਮੇ ਖੜ੍ਹੇ ਹੋ ਗਏ। ਬਾਬਾ ਜੀ ਨੇ ਅਰਦਾਸਾ ਸੋਧਿਆ, ਉੱਥੇ ਨਗਾਰੇ ਅਤੇ ਚੋਟ ਲਾਈ ਗਈ, ਜਕਾਰੇ ਛੱਡੇ ਗਏ ਅਤੇ ਸੂਰਮਿਆਂ ਨੇ ਤਿਆਰੀ ਕੀਤੀ। ਬਾਬਾ ਜੀ ਨੇ ਹੁਕਮ ਲਿਆ ਸੱਚੇ ਪਾਤਸ਼ਾਹ ਜੀ ਦਾ ਅਤੇ ਉੱਥੋਂ ਤਿਆਰੀ ਕੀਤੀ। ਜਦੋਂ ਉੱਥੋਂ ਤੁਰੇ ਅਤੇ ਬਾਬਾ ਜੀ ਤਰਨ ਤਾਰਨ ਸਾਹਿਬ ਪੁੱਜਣ ਤੱਕ ਉਹਨਾਂ ਦੀ ਸੂਰਮਿਆਂ ਦੀ ਫੌਜ ਜਿਹੜੀ ਸੀ ਉਹ ਦੂਣੀ ਹੋ ਗਈ, ਵੱਧ ਗਈ। ਉਹ ਕਿਵੇਂ? ਮਾਲਵੇ, ਮਾਝੇ, ਦੁਆਬੇ ਹਰ ਇੱਕ ਪਾਸਿਆਂ ਤੋਂ ਜਿਹਨੂੰ ਜਿਹਨੂੰ ਖਬਰ ਮਿਲੀ ਉਹ ਬਾਬਾ ਜੀ ਦੀ ਫੌਜ ਵਿੱਚ ਸ਼ਾਮਿਲ ਹੁੰਦਾ ਗਿਆ ਅਤੇ ਤਰਨ ਤਾਰਨ ਸਾਹਿਬ ਪੁੱਜਣ ਤੱਕ ਬਾਬਾ ਜੀ ਦੀ ਫੌਜ ਜਿਹੜੀ ਸੀ ਉਹ ਦੂਣੀ ਹੋ ਗਈ। ਬਾਬਾ ਦੀਪ ਸਿੰਘ ਜੀ ਨੇ ਤਰਨ ਤਾਰਨ ਸਾਹਿਬ ਪੁੱਜ ਕੇ ਚੱਬੇ ਦੇ ਮੈਦਾਨ ਤੋਂ ਪਹਿਲਾਂ ਫਿਰ ਇੱਕ ਵਾਰ ਸੂਰਮਿਆਂ ਨੂੰ ਲਲਕਾਰਿਆ ਕਿ ਜਿਹੜਾ ਮਰ ਕੇ ਮਿਟਣ ਵਾਸਤੇ ਆਇਆ ਹੈ ਉਹ ਇਸ ਲਕੀਰ ਨੂੰ ਟੱਪੇ। ਬਾਬਾ ਜੀ ਨੇ ਉੱਥੇ ਇੱਕ ਲਕੀਰ ਖਿੱਚ ਦਿੱਤੀ ਸੀ ਅਤੇ ਬਾਬਾ ਜੀ ਨੇ ਆਖਿਆ ਸੀ ਤਮਾਸ਼ਾ ਵੇਖਣ ਵਾਲਾ ਕੋਈ ਇਸ ਲਕੀਰ ਨੂੰ ਟੱਪੇ ਨਾ। ਸਾਰੇ ਸੂਰਮੇ ਲਕੀਰ ਨੂੰ ਟੱਪ ਗਏ ਸੀ ਕਿਉਂਕਿ ਸਾਰੇ ਹੀ ਸੂਰਮੇ ਕੌਮ ਤੋਂ ਮਰਨ ਮਿਟਣ ਵਾਸਤੇ ਤਿਆਰ ਸਨ। ਜੀਣ ਦੀ ਚਾਹ, ਜੀਣ ਦੀ ਇੱਛਾ ਕਿਸੇ ਨੇ ਨਹੀਂ ਸੀ ਰੱਖੀ ਕਿਉਂਕਿ ਮਰਨਾ ਸੱਚ ਹੈ ਅਤੇ ਜਿਉਣਾ ਝੂਠ ਹੈ ਅਤੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਿੱਖ ਸੱਚ 'ਤੇ ਪਹਿਰਾ ਦਿੰਦਾ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਿਧਾਂਤਾਂ 'ਤੇ ਚੱਲਣ ਵਾਲਾ ਹੀ ਉਹਨਾਂ ਦਾ ਸਿੱਖ ਹੈ ਅਤੇ ਸਿੱਖ ਹਮੇਸ਼ਾ ਸੱਚ 'ਤੇ ਚੱਲਦਾ ਹੈ, ਪਹਿਰਾ ਦਿੰਦਾ ਹੈ ਅਤੇ ਮਰਨਾ ਸੱਚ ਹੈ। ਸੂਰਮੇ ਮਰਨ ਮਿਟਣ ਵਾਸਤੇ ਤਿਆਰ ਬਰ ਤਿਆਰ ਸਨ ਅਤੇ ਸਾਰੇ ਸੂਰਮੇ ਉਸ ਲਕੀਰ ਨੂੰ ਟੱਪ ਗਏ। ਸਤਸੰਗਤ ਜੀ, ਉੱਥੇ ਚੱਬੇ ਦੇ ਮੈਦਾਨ ਵਿੱਚ ਜੰਗ ਹੋਈ। ਜਮਾਲ ਖਾਂ ਦੀ ਫੌਜ ਵਿੱਚ ਵੀ ਬੜੇ ਚੋਣਵੇਂ ਚੋਟੀ ਦੇ ਜਰਨੈਲ ਸੀ ਅਤੇ ਬਾਬਾ ਦੀਪ ਸਿੰਘ ਜੀ ਦੀ ਫੌਜ ਵਿੱਚ ਵੀ ਬੜੇ ਨਿਹੰਗ ਸਿੰਘ ਯੋਧੇ ਸਨ, ਸੂਰਬੀਰ ਸਨ। ਸਰਦਾਰ ਦਿਆਲ ਸਿੰਘ ਸੂਰਮੇ ਨਿਹੰਗ ਸਿੰਘ ਵਰਗੇ, ਸਰਦਾਰ ਬਲਵੰਤ ਸਿੰਘ ਸੂਰਮੇ ਵਰਗੇ, ਨਿਹੰਗ ਸਿੰਘ ਵਰਗੇ ਬੜੇ ਯੋਧੇ ਸਨ। ਬਾਬਾ ਜੀ ਦੀ ਫੌਜ ਵਿੱਚ ਜਿਹੜੇ ਯੋਧੇ ਸਨ ਉਹਨਾਂ ਨੂੰ ਜਮਾਲ ਖਾਂ ਦੇ ਯੋਧੇ ਲਲਕਾਰਦੇ ਸੀ। ਹਰ ਇੱਕ ਦਾ ਆਪਸ ਵਿੱਚ ਭਿੜ ਪਿਆ ਅਤੇ ਬਾਬਾ ਜੀ ਦੀ ਫੌਜ ਦੇ ਜਰਨੈਲ ਜਿਹੜੇ ਸਨ ਉਹਨਾਂ ਨੇ ਜਮਾਲ ਖਾਂ ਦੇ ਜਰਨੈਲਾਂ ਨੂੰ ਅਤੇ ਜਮਾਲ ਖਾਂ ਦੀਆਂ ਫੌਜਾਂ ਨੂੰ ਭੜਥੂ ਪਾ ਦਿੱਤਾ। ਅਖੀਰ ਜਮਾਲ ਖਾਂ ਨੇ ਇਹ ਸੋਚਿਆ, ਸਤਸੰਗਤ ਜੀ ਜਦੋਂ ਜੰਗ ਹੁੰਦੀ ਹੈ ਉਹ ਦੋ ਧਿਰਾਂ ਦੇ ਵਿੱਚ ਹੁੰਦੀ ਹੈ। ਦੋਵਾਂ ਧਿਰਾਂ ਦੇ ਜਿਹੜੇ ਜਰਨੈਲ ਜਿਹੜੇ ਚੜ੍ਹ ਕੇ ਆਉਂਦੇ ਨੇ, ਜਿਹੜੇ ਮੇਨ ਮੁੱਖ ਹੁੰਦੇ ਨੇ, ਮੋਢੀ ਹੁੰਦੇ ਨੇ, ਜੇ ਉਹ ਆਪਸ ਵਿੱਚ ਲੜ ਕੇ ਜੰਗ ਦਾ ਫੈਸਲਾ ਕਰਨਾ ਚਾਹੁਣ ਤਾਂ ਕਰ ਸਕਦੇ ਨੇ। ਫਿਰ ਜਿਹੜੇ ਸੂਰਮੇ ਹੁੰਦੇ ਨੇ, ਜਿਹੜੀਆਂ ਫੌਜਾਂ ਹੁੰਦੀਆਂ ਨੇ, ਉਹਨਾਂ ਨੂੰ ਫਿਰ ਮਰਵਾਇਆ ਨਹੀਂ ਜਾਂਦਾ। ਯੋਧੇ ਜੰਗ ਦਾ ਫੈਸਲਾ ਕਰ ਸਕਦੇ ਨੇ ਆਪਸ ਵਿੱਚ ਲੜ ਕੇ। ਜਮਾਲ ਖਾਂ ਨੇ ਸੋਚਿਆ ਕਿ ਮੇਰੀਆਂ ਫੌਜਾਂ ਇੱਦਾਂ ਮਰ ਜਾਣਗੀਆਂ ਸਾਰੀਆਂ, ਅਖੀਰ 'ਤੇ ਮੈਂ ਚੜ੍ਹਾਂਗਾ, ਇਹਦੇ ਨਾਲੋਂ ਚੰਗਾ ਹੈ, ਇਹਦੇ ਨਾਲੋਂ ਬਿਹਤਰ ਹੈ ਕਿ ਮੈਂ ਪਹਿਲਾਂ ਜਾਵਾਂ, ਬਾਬੇ ਦੀਪ ਸਿੰਘ ਨਾਲ ਜੰਗ ਕਰਾਂ। ਜਮਾਲ ਖਾਂ ਚੜ੍ਹਿਆ ਅਤੇ ਬਾਬੇ ਦੀਪ ਸਿੰਘ ਨੂੰ ਲਲਕਾਰਿਆ ਜਮਾਲ ਖਾਂ ਨੇ। ਉਹਨੇ ਆਖਿਆ, ਬਾਬਾ ਦੀਪ ਸਿੰਘ, ਆਪਾਂ ਦੋ ਦੋ ਹੱਥ ਕਰ ਲੈਂਦੇ ਹਾਂ ਅਤੇ ਜੰਗ ਦਾ ਫੈਸਲਾ ਕਰ ਲੈਂਦੇ ਹਾਂ।
ਬਾਬਾ ਦੀਪ ਸਿੰਘ ਜੀ ਨੇ ਆਖਿਆ ਜੋ ਸਤਿਗੁਰ ਨੂੰ ਪਾਵੇ। ਸਾਧ ਸੰਗਤ ਜੀ ਉੱਥੇ ਜੰਗ ਹੋਈ ਰਣ ਮੈਦਾਨ ਅੰਦਰ ਬਾਬਾ ਜੀ ਦੇ ਅਤੇ ਜਮਾਲ ਖਾਨ ਦੇ ਸਾਂਝੇ ਵਾਰ ਹੋ ਗਏ। ਸਾਂਝੇ ਵਾਰ ਦਾ ਅਰਥ ਹੈ ਸਾਧ ਸੰਗਤ ਜੀ ਇੱਕੋ ਸਮੇਂ 'ਤੇ ਦੋਵਾਂ ਸੂਰਮਿਆਂ ਦੇ ਵਾਰ ਹੋ ਜਾਣੇ, ਦੋਵਾਂ ਧਿਰਾਂ ਦੇ ਵਾਰ ਹੋ ਜਾਣੇ। ਬਾਬਾ ਦੀਪ ਸਿੰਘ ਜੀ ਦਾ ਵਾਰ ਵੀ ਸਾਂਝਾ ਹੋ ਗਿਆ ਅਤੇ ਜਮਾਲ ਖਾਨ ਦਾ ਵਾਰ ਵੀ ਸਾਂਝਾ ਹੋ ਗਿਆ, ਇੱਕੋ ਸਮੇਂ 'ਤੇ ਹੋ ਗਿਆ। ਪਰ ਨਿਹੰਗ ਸਿੰਘ ਦਾ ਵਾਰ, ਸੱਚ ਦੀ ਲੜਾਈ ਲੜਨ ਵਾਲੇ ਦਾ ਵਾਰ ਜਿਹੜਾ ਸੀ ਭਾਰਾ ਸੀ। ਸਾਧ ਸੰਗਤ ਜੀ ਦੋਵੇਂ ਸੂਰਮੇ ਸਨ, ਪਰ ਫਰਕ ਇਹਨਾਂ ਸੀ ਕਿ ਬਾਬਾ ਜੀ ਸੱਚ ਦੀ ਲੜਾਈ ਲੜਦੇ ਸਨ, ਧਰਮ ਦੀ ਕੌਮ ਦੀ ਲੜਾਈ ਲੜਦੇ ਸਨ, ਅਤੇ ਉੱਧਰ ਦੂਜੇ ਪਾਸੇ ਉਹ ਜਗੀਰਾਂ ਦੀ ਖਾਤਰ ਲੜਦੇ ਸਨ। ਸਾਂਝੇ ਵਾਰ ਹੋਏ ਅਤੇ ਬਾਬਾ ਦੀਪ ਸਿੰਘ ਜੀ ਦੇ ਵਾਰ ਨੇ ਜਮਾਲ ਖਾਨ ਨੂੰ ਇਸ ਧਰਤੀ ਤੋਂ ਅਲਵਿਦਾ ਕਰਵਾ ਤਾ, ਅਗਲੇ ਜਹਾਨੀ ਬਚਾ ਤਾ, ਅਤੇ ਜਮਾਲ ਖਾਨ ਦਾ ਵਾਰ ਜਿਹੜਾ ਸੀ ਉਹਨੇ ਬਾਬਾ ਦੀਪ ਸਿੰਘ ਜੀ ਦੀ ਧੌਣ, ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ ਅਤੇ ਧਰਤੀ 'ਤੇ ਡਿੱਗ ਗਿਆ। ਕੁਝ ਸਮਾਂ ਪਾ ਕੇ, ਕਿਉਂਕਿ ਸਾਧ ਸੰਗਤ ਜੀ ਇਸ ਨੂੰ ਕੋਈ ਝੁਠਲਾਇਆ ਨਹੀਂ ਜਾ ਸਕਦਾ, ਇਸ ਨੂੰ ਝੂਠਾ ਨਹੀਂ ਪਾਇਆ ਜਾ ਸਕਦਾ, ਇੱਦਾਂ ਹੋਣਾ ਹੀ ਸੀ। ਬਾਬਾ ਦੀਪ ਸਿੰਘ ਜੀ ਨੇ ਇੱਕ ਪ੍ਰਣ ਕੀਤਾ ਸੀ, ਉਹਨਾਂ ਨੇ ਆਖਿਆ ਸੀ ਮੇਰਾ ਚਾਹ ਹੈ, ਮੇਰੀ ਇੱਛਾ ਹੈ ਕਿ ਮੈਂ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਆਪਣਾ ਸੀਸ ਭੇਟ ਕਰਾਂ, ਮੈਂ ਉੱਥੇ ਜਾ ਕੇ ਸ਼ਹੀਦੀ ਪ੍ਰਾਪਤ ਕਰਾਂ, ਰਸਤੇ ਵਿੱਚ ਮੈਂ ਸ਼ਹੀਦ ਨਾ ਹੋਵਾਂ। ਇਹ ਬਾਬਾ ਜੀ ਦੀ ਇੱਛਾ ਸੀ। ਬਾਬਾ ਜੀ ਦੀ ਬੰਦਗੀ ਬੜੀ ਸੀ, ਭਗਤੀ ਬੜੀ ਸੀ, ਅਤੇ ਗੁਰੂ ਸਾਹਿਬ ਅੱਗੇ ਅਰਦਾਸਾ ਬੇਨਤਾ ਵੀ ਸੋਧਿਆ ਸੀ, ਅਤੇ ਗੁਰੂ ਆਪਣੇ ਸਿੱਖ ਦੀ ਇੱਛਾ ਪੂਰੀ ਨਾ ਕਰੇ ਇੱਦਾਂ ਹੋ ਹੀ ਨਹੀਂ ਸਕਦਾ। ਉੱਤੋਂ ਬਾਬਾ ਜੀ ਦੀ ਭਗਤੀ ਵੀ ਬੜੀ ਸੀ, ਬਾਬਾ ਜੀ ਦੀ ਭਗਤੀ ਵੀ ਬੜੀ ਸੀ, ਅਤੇ ਬਾਬਾ ਜੀ ਦੀ ਇੱਛਾ ਸੀ ਕਿ ਮੈਂ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਆਪਣਾ ਸੀਸ ਭੇਟ ਕਰਾਂ। ਮੌਤ ਨੇ ਵੀ ਮਿਹਣਾ ਮਾਰਿਆ ਕਿ ਬਾਬਾ ਦੀਪ ਸਿੰਘ ਅਜੇ ਸ੍ਰੀ ਹਰਿਮੰਦਰ ਸਾਹਿਬ ਤੋਂ ਬਹੁਤ ਦੂਰ ਆ, ਅਜੇ ਤਾਂ ਮੈਦਾਨ ਵਿੱਚ ਬੈਠਾਂ, ਤੂੰ ਤੇਰਾ ਸੀਸ ਤੇਰੇ ਧੜ ਨਾਲੋਂ ਅਲੱਗ ਹੈ। ਬਾਬਾ ਦੀਪ ਸਿੰਘ ਜੀ ਨੇ ਮਿਹਣਾ ਨਾ ਸਾਰਿਆ, ਬਾਬਾ ਦੀਪ ਸਿੰਘ ਜੀ ਉੱਠ ਖੜ੍ਹੇ ਹੋਏ। ਬਾਬਾ ਜੀ ਨੇ ਆਪਣੀ ਖੱਬੀ ਤਲੀ 'ਤੇ ਆਪਣਾ ਸੀਸ ਚੁੱਕ ਲਿਆ, ਟਿਕਾ ਲਿਆ, ਸੱਜੇ ਹੱਥ ਵਿੱਚ ਫੜ ਕੇ ਖੰਡਾ, ਅਤੇ ਬਾਬਾ ਜੀ ਨੇ ਆਪਣੀ ਫੌਜ ਦੀ ਅਗਵਾਈ ਕੀਤੀ। ਬਾਬਾ ਜੀ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ ਤੁਰ ਪਏ। ਅੱਧੇ ਜਮਾਲ ਖਾਨ ਦੇ ਸਾਥੀ ਜਿਹੜੇ ਸੀ, ਸਿਪਾਹੀ ਜਿਹੜੇ ਸੀ, ਉਹ ਅੱਧੇ ਤਾਂ ਉਦਾਂ ਹੀ ਡਰ ਕੇ ਭੱਜ ਗਏ ਕਿ ਇਹਦੇ ਸਿਰ ਵੱਡਿਆਂ ਵੀ ਲੜਦੇ ਨੇ, ਇਹ ਆਪਣੇ ਹੱਥ ਵਿੱਚ ਸਿਰ ਫੜ ਕੇ ਲੜਨ ਲੱਗ ਪੈਂਦੇ ਨੇ, ਇਹਨਾਂ ਨੂੰ ਮਾਰਾਂਗੇ ਫਿਰ ਜਿੰਦਾ ਹੋ ਜਾਣਗੇ, ਫਿਰ ਮਾਰਨਗੇ, ਫਿਰ ਮਾਰਾਂਗੇ ਫਿਰ ਜਿੰਦਾ ਹੋ ਜਾਣਗੇ, ਫਿਰ ਤਾਂ ਫਾਇਦਾ ਹੀ ਕੋਈ ਨਹੀਂ। ਅਤੇ ਉਹ ਜਿਹੜੇ ਸਿਪਾਹੀ ਸਨ ਅੱਧੇ ਤਾਂ ਉਹ ਹੀ ਡਰ ਕੇ ਭੱਜ ਗਏ, ਜਿਹੜੇ ਬਚੇ ਉਹਨਾਂ ਨੂੰ ਕੱਟ ਵੱਢ ਕੇ ਬਾਬਾ ਜੀ ਅਤੇ ਉਹਨਾਂ ਦੇ ਸਾਥੀ ਸਿੰਘ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਪਰਿਕਰਮਾਂ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਬਾਬਾ ਜੀ ਨੇ ਸੀਸ ਅਰਪਣ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਇਆ। ਇਹ ਬਾਬਾ ਦੀਪ ਸਿੰਘ ਜੀ ਦੀ ਆਖਰੀ ਜੰਗ ਸੀ, ਆਖਰੀ ਯੁੱਧ ਸੀ। ਬਾਬਾ ਦੀਪ ਸਿੰਘ ਜੀ ਨੇ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਅਤੇ ਅਕਾਲ ਚਲਾਣਾ ਕਰਕੇ ਸ਼ਹਾਦਤ ਪ੍ਰਾਪਤ ਕਰਕੇ। ਧੰਨ ਹਨ ਬਾਬਾ ਦੀਪ ਸਿੰਘ ਜੀ, ਧੰਨ ਹਨ ਉਹਨਾਂ ਵਰਗੇ ਯੋਧੇ, ਜਰਨੈਲ, ਜਥੇਦਾਰ, ਯੋਗ ਜਥੇਦਾਰ, ਜਿਨ੍ਹਾਂ ਨੇ ਪੰਥ ਨੂੰ, ਕੌਮ ਨੂੰ ਸਾਂਭਿਆ ਅਤੇ ਗੁਰਧਾਮਾਂ ਨੂੰ ਆਜ਼ਾਦ ਕਰਵਾਇਆ। ਸਾਧ ਸੰਗਤ ਜੀ, ਇਸੇ ਪ੍ਰਕਾਰ ਸਿੱਖ ਇਤਿਹਾਸ ਸੁਣਨ ਵਾਸਤੇ ਸਾਡੇ ਚੈਨਲ ਦੇ ਨਾਲ ਜੁੜ ਜਾਓ। ਇਸ ਵੀਡੀਓ ਨੂੰ ਲਾਈਕ ਕਰਕੇ ਤਾਂ ਦੱਸਣਾ ਜੇ ਤੁਹਾਨੂੰ ਚੰਗੀ ਲੱਗੀ। ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਆ ਕਰੋ, ਪੜ੍ਹਦੇ ਹਾਂ, ਅਤੇ ਕੋਈ ਮਾੜਾ ਲਫ਼ਜ਼ ਨਾ ਵਰਤਿਆ ਕਰੋ। ਇਤਿਹਾਸ ਦੇ ਪ੍ਰਤੀ ਜੇ ਤੁਹਾਡਾ ਪ੍ਰੇਮ ਭਾਵ ਹੈ ਤਾਂ ਉਹ ਪ੍ਰਗਟ ਕਰਿਆ ਕਰੋ, ਕੋਈ ਗਲਤ ਗੱਲ ਨਾ ਕਰਿਆ ਕਰੋ, ਇਹ ਬੇਨਤੀ ਪ੍ਰਵਾਨ ਕਰਿਓ। ਬਾਕੀ ਅੱਗੇ ਕਿਸੇ ਇਤਿਹਾਸ ਨਾਲ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।